ਯਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮਾੜੀ ਖਬਰ ਆਚਾਨਕ ਭਾਰਤ ਦੇ ਯਾਤਰੀਆਂ ਤੇ ਇਸ ਦੇਸ਼ ਨੇ ਲਾ ਦਿੱਤੀ ਪਾਬੰਦੀ ਕਰਤਾ ਇਹ ਐਲਾਨ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਭਾਰਤ ਦੇ ਵਿੱਚ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਆਉਣ ਜਾਣ ਵਾਲੀਆਂ ਉਡਾਨਾਂ ਉੱਪਰ ਅਨਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਗਈ ਸੀ ਹੁਣ ਓਮਾਨ ਨੇ ਭਾਰਤ ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ਤੇ ਅਨਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਆ ਨੋਟ ਕਰ ਲਓ ਓਮਾਨ ਦੇਸ਼ ਨੇ ਭਾਰਤ ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ਤੇ ਅਨਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਆ ਇਹਨਾਂ ਦੇ ਵਿੱਚੋਂ ਕੁਝ ਦੇਸ਼ਾਂ ਦੇ ਆਗਮਨ ਤੇ 24 ਅਪ੍ਰੈਲ ਤੋਂ ਹੀ ਪਾਬੰਦੀ ਲਾਗੂ ਹੈ ਉਮਾਨ ਦੇ ਵਿੱਚ ਬੁੱਧਵਾਰ ਨੂੰ ਕਰੋਨਾ ਵਾਇਰਸ ਦੇ 1675 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਪੋਜ਼ਿਟਿਵ ਮਾਮਲੇ 2 ਲੱਖ 80235 ਹੋ ਗਏ ਦੇਸ਼ ਦੇ ਵਿੱਚ ਕਰੋਨਾ ਵਾਇਰਸ ਨਾਲ ਹੁਣ ਤੱਕ 3356 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਉੱਪਰ ਪਾਬੰਦੀ ਲਾਈ ਗਈ ਹੈ ਉਹਨਾਂ ਤੋਂ ਇਲਾਵਾ ਭਾਰਤ ਦੇ ਵਿੱਚ ਭਾਰਤ ਦੇਸ਼ ਤੋਂ ਇਲਾਵਾ ਜਿਹੜੇ ਹੋਰ ਦੇਸ਼ ਸ਼ਾਮਲ ਹਨ ਉਹਨਾਂ ਦੇ ਵਿੱਚ ਸੂਚੀ ਜਿਹੜੀ ਉਹ ਇਸ ਪ੍ਰਕਾਰ ਹੈ ਜੀ ਬ੍ਰਿਟੇਨ ਨਾਈਜੀਰੀਆ ਗੁਆਨਾ ਕੋਲੰਬੀਆ ਅਰਜנטיਨਾ ਬ੍ਰਾਜ਼ੀਲ ਦੱਖਣੀ ਅਫਰੀਕਾ ਕੰਨਾ ਸਰੇਲੀਓਨ ਫਿਲੀਪੀਨਸ ਇਥੋਪੀਆ ਸੁਡਾਨ ਤਨਜ ਤੰਜ਼ਾਨੀਆ ਟਿਊਨੀਸ਼ੀਆ ਲਬਨਾਨ ਇਰਾਕ ਇਰਾਕ ਤੇ ਈਰਾਨ ਲੀਬੀਆ ਬਰੂਨੇਈ ਸਿੰਗਾਪੁਰ ਇੰਡੋਨੇਸ਼ੀਆ ਸ਼ਾਮਲ ਹਨ ਕੋਰੋਨਾ ਦੇ ਵਾਧੇ ਨੂੰ ਰੋਕਣ ਦੇ ਲਈ ਖਾੜੀ ਦੇਸ਼ਾਂ ਦੇ ਯਤਨਾਂ ਦੀ ਇਹ ਫੈਸਲਾ ਲਿਆ ਗਿਆ ਇਸ ਬਾਰੇ ਸਲਨ ਦਾ ਤੱਤ ਦੇ ਅਧਿਕਾਰਤ ਐਕਟੀਵੇਟਰ ਅਕਾਊਂਟ ਤੋਂ ਲਾਨ ਕੀਤਾ ਗਿਆ ਇਹ ਪਾਬੰਦੀ ਅਣ ਮਿੱਥੇ ਸਮੇਂ ਲਈ ਲਾਈਆ ਅਤੇ ਇਹ ਆਦੇਸ਼ ਅਗਲੇ ਹੁਕਮਾਂ ਦੇ ਤੱਕ ਇਸੇ ਤਰ੍ਹਾਂ ਹੀ ਲਾਗੂ ਰਹਿਣਗੇ ਧੰਨਵਾਦ